टुटिया तविया लवी मित्रो ट्रैक्टर भाई दविंदर लिया आया ते हुण आपां चलना खेत आ भाई हैरो पाईए हैरो पावांगे हैं हैरो पा के चेक करना चलो मित्रो खेत चलदे आ मस्टैंग वांगर हुण पा के देखदे आ हैरो देखदे आ फिर केड़ा गियर चकदा हुण टर्बो भी लग गई सारा कम हो गया हुण ओके हुण तां ओकी आ बस ओ भाई ने भाई दीआं ट्राफियां टोचण वालीआं हजे एक कप साडा रहिंदा किते पिया है ना बई एक कप साडा किते पिया यार वेलियां कोल लियाउणा जाके उद्दे उत्थे छड्डे आए सी ट्रैक्टर खड़े सी ते चलदे आ खेत बई आ जाओ हुण लो मित्रो थोड़ियां जिहियां कणियां आ गईआं सी खेत दा प्रोग्राम कैंसल करता ते गड्डी दा इंश्योरेंस करवाउणा सी हुण मैं ते दविंदर चलिआं चंडीगढ़ ते इंश्योरेंस करा के फिर चलदे आ खेत मैनूं लगदा नाइट दीआं वीडियो बणनीआं बई है ना है ना चलो फिर देखदे आ पहलां कम्म कर लईए थोड़ा जिहा मित्रो रोड ती कर रहा भाई फोटो देखो रोड ती करा था दविंदर ने फोटो ही करानी सी गड्डी ने अज अज दा इंश्योरेंस रहना सी ले भी मित्रो हुण चलदे खेत आपां पिंड चलदे आ ले भी मित्रो कहिंदा मोहाली चंडीगढ़ आ गई थी शिट लोग टंकियां च पवांदे ने तेल इन्हें टाकी बिजली दे कि हद हो गई भाई दविंदर फ्यूल वाली टैंक च नहीं पाया बोतलों च पा रहा मोटरसाइकिल वास्ते पेट्रोल लैके तो हूँ चले मीह आ गया यार मेरे हिसाब न अच्छ फिर नहीं चेक होना ट्रैक्टर सवेरे चेक करना पैना भी मित्रों मीह जहा हट गया दिया तो असं खेत आ गए थी खेत खड़ा सी ट्रैक्टर तो तविया पा के देखते हैं यार दविंदर कहता चल देख देखते हैं चक्कर देखते हैं फिर क्या परफॉर्मेंस एक जू भी टुट गया तो वह भी जाते जाते नवा लवा जस्सी को देखो जू देखो किमें हो गया जू तोड़ता कल अभी मूहे भी पहला हल पाने पैने पुठियां खिंच रहे हैं तबिया बस कर इधर सीधिया पाला हूँ कड़ी कितने जा गिला हो रहा है बाहन बाहन गिला हो रहा है पूरा मौसम भी वीडियो भी घैंट बन रही है पूरी ट्रैक जहा बनाई जाता भाई क्योंकि सिंगल सिंगल गेड़े जे दे के ये दबारे बिच ला के देखना फिर थले लग जा दवियां ना सारिया जाने के जमें ट्रैक तैयार कर रहा हजे तो हल मित्रों तीरी बार चल रहा उदों की लवी मित्रों तविया होर छड़ लिया तविया होर खोल लिया ब्रेक दबदा ही आना शेर चक्कर चुक्कर नहीं ड्रॉप करता है वो खड़े भैन देखा
ਗਿਆ ਤਵੀਆਂ ਉਹ ਤਵੀਆਂ ਟੁੱਟ ਗਈਆਂ ਬਾਜੀ ਕਰ ਗਈਆਂ ਉਹ ਤਵੀਆਂ ਟੁੱਟ ਗਈਆਂ ਜਦੇ ਤਵੀਆਂ ਟੁੱਟ ਗਈਆਂ ਉਹਦਾ ਚੀਕਾਂ ਮਾਰਦੀਆਂ ਜਾਂਦੀਆਂ ਨੇ ਮਗਰ ਹੈਂ ਚੀਕਾਂ ਮਾਰਨ ਲੱਗ ਗਈਆਂ ਉਹ ਥੱਲੇ ਲਾ ਦੀਆਂ ਚੀਕਾਂ ਮਾਰ ਰਹੀਆਂ ਨੇ ਗੈਲ ਕੀ ਖੁੱਲ ਗਿਆ ਹੋਇਆ ਲੈ ਵੀ ਮਿੱਤਰੋ ਕੰਮ ਹੋ ਗਿਆ ਹੁਣ ਓਕੇ ਤੇ ਹੁਣ ਆਪਾਂ ਚੱਲੇ ਕੱਲ ਤਵੀਆਂ ਦੇ ਪਾ ਪਾ ਕੇ ਨੇ ਜੈਨ ਫੂਕਦਾ ਸੀ ਆ ਹੁਣ ਜੈਨ ਦਾ ਸੀ ਆਪਾਂ ਹੀ ਨਮੇੜਦਾ ਕੱਢਤਾ ਜੈਨ ਤੇ ਡੈੱਕ ਵੀ ਦਿੱਕਤ ਆਈ ਸੀ ਵੀਰੀ ਡੈੱਕ ਵੀ ਬਾਈ ਕੋਲੋਂ ਹੀ ਲਾਇਆ ਚੱਕ ਕੇ ਹੁਣ ਉਹ ਬਾਅਦ 'ਚ ਸਮਾਰ ਕੇ ਦੇਊਗਾ ਤੇ ਹੁਣ ਆਪਾਂ ਚੱਲੇ ਵਾਪਸ ਕਸ਼ੋ ਬਾਈ ਛੋ ਛੂ ਸਾਰਾ ਕੁਛ ਲਿਆ ਤਾਂ ਹੁਣ ਜਾ ਕੇ ਜੂ ਵੀ ਲਵਾਉਣਾ ਜੂ ਵੀ ਤੋੜਤਾ ਤੇ ਜਾਂਦੇ ਜਾਂਦੇ ਜੂ ਚੇਂਜ ਕਰਾਉਣਾ ਹੁਣ ਕਿਉਂ ਸਮਰਾ ਛੁੱਟੀਆਂ ਹੋ ਰਹੀਆਂ ਨਜ਼ਾਰੇ ਨੇ ਨਜ਼ਾਰੇ ਪੂਰੇ ਨਾਨਕੇ ਜਾਇਆ ਇਹ ਪਹਿਲਾਂ ਇਹ ਲੈ ਵੀ ਮਿੱਤਰੋ ਕੰਮ ਹੋ ਗਿਆ ਸਾਰਾ ਕੰਪਲੀਟ ਅਤੇ ਹੁਣ ਤਾਂ ਡੈੱਕ ਵੀ ਆਰਜੀਤ ਪੈਰਾਂ ਜੀ ਧਰ ਲਿਆ ਕਿਉਂਕਿ ਜੂ ਚੇਂਜ ਕਰਨਾ ਨਾ ਯਾਰ ਜੂ ਉਰੋਂ ਮੋਸ ਗਿਆ ਅੱਗੇ ਨੂੰ ਝੁੱਕ ਗਿਆ ਹੱਥੋਂ ਟੁੱਟ ਗਿਆ ਜੂ ਹੁਣ ਜਾਂਦੇ ਜਾਂਦੇ ਚੇਂਜ ਕਰਾਂਗੇ ਅਤੇ ਉੱਧਰ ਦਵਿੰਦਰ ਹੋਰੀ ਆਉਂਡੀਅਰ ਦਾ ਲੱਗ ਰਹੇ ਡੈੱਕ ਸੈੱਟ ਕਰਨਾ ਹੋ ਗਿਆ ਬਾਈ ਪਹਿਲਾਂ ਆਹ ਸੈੱਟ ਕਰਿਆ ਅਤੇ ਹੁਣ ਉਹ ਕਰਿਆ ਦੋਨਾਂ ਦੀ ਰਿਪੇਅਰ ਹੋ ਗਈ ਅਤੇ ਮੇਰੇ ਵਾਲੇ ਡੈੱਕ ਦੇ ਮੌਸਕਟ ਜੋੜ ਗਏ ਸੀਗੇ ਉਹ ਰਿਪੇਅਰ ਕਰਕੇ ਫਿਰ ਦੇਊਗਾ ਅਤੇ ਹੁਣ ਚੱਲੇ ਆਪਾਂ ਪਿੰਡ ਵਾਪਸ ਕਿਉਂ ਵੀਰੇ ਠੀਕ ਆ ਤੇਰੀ ਕਬੂਤਰਬਾਜੀ ਕਿਵੇਂ ਚੱਲਦੀ ਆ ਇਹਨੂੰ ਮੁੰਡੇ ਨੂੰ ਕਬੂਤਰਾਂ ਦਾ ਸ਼ੌਂਕ ਆ ਅਤੇ ਇੱਧਰ ਸਾਰਿਆਂ ਨੂੰ ਬਾਕੀਆਂ ਨੂੰ ਟਰੈਕਟਰਾਂ ਦਾ ਸ਼ੌਂਕ ਆ ਸਾਰੇ ਸ਼ੌਂਕੀ ਮੁੰਡੇ ਨਾਲ ਨੇ ਚਲੋ ਬਾਈ ਚੱਲਦੇ ਅੱਗੇ ਅਤੇ ਧਵਾਉਣਾ ਵੀ ਆ ਰਸਤੇ 'ਚ ਧਵਾਵਾਂਗੇ ਥੋੜ੍ਹੀ ਜਿਹੀ ਕੰਡੀਸ਼ਨ ਖਰਾਬ ਹੋ ਰਹੀ ਆ ਅਤੇ ਚੱਲਦੇ ਹਾਂ ਹੁਣ ਪਿੰਡ ਨੂੰ ਉਹਨੂੰ ਕਿਹਾ ਸੀ ਵੀ ਮੈਂ ਟਰਬ ਦਾ ਖਰਚਾ ਦੱਸਦਾ ਪੁੱਛ ਕੇ ਉਹ ਤੁਹਾਨੂੰ ਦੱਸਣਾ ਭੁੱਲ ਗਏ ਮੈਂ ਤੁਹਾਨੂੰ ਲਾਈਵ ਪੁੱਛਦਾ ਬਾਈ ਆਪਣੀ ਟਰਬੋ 'ਤੇ ਕਿੰਨਾ ਖਰਚਾ ਆ ਗਿਆ ਹੈ 30 ਪੰਪ ਦੇ ਅਲੱਗ ਨੇ ਕੋਈ ਵਿੱਚੇ ਜੇ ਪੰਪ ਹੋਣਾ ਤਾਂ ਅਲੱਗ ਜੇ ਥੋੜ੍ਹੀ ਬਹੁਤੀ ਸੈਟਿੰਗ ਆ ਉਹ ਆਪੇ ਹੈ ਓਕੇ ਸੈਟਿੰਗ ਨਾਲ ਆ ਜੇ ਪੰਪ ਹੋਣ ਵਾਲਾ ਹੋਇਆ ਤਾਂ ਫਿਰ ਅਲੱਗ ਨੇ ਉਹਦੇ 30,000 ਰੁਪਏ 'ਚ ਜਿਹੜੀ ਆਪਣੀ ਟਰਬੋ ਲੱਗੀ ਹੈਗੀ ਅਤੇ ਕੰਪਨੀ ਕਿਹੜੀ ਦੀ ਲਾਈ ਆ ਬਾਈ ਹਨੀਵੈਲ ਦੀ ਮੋਡੀਫਿਕੇਸ਼ਨ ਕਰਕੇ ਟਰਬੋ ਲਾਈ ਹੈਗੀ ਅਤੇ ਬਾਕੀ 30,000 ਰੁਪਇਆ ਲੱਗ ਗਿਆ ਆਪਣਾ ਬਾਕੀ ਤੁਹਾਨੂੰ ਚੱਲਦਾ ਦੇਖ ਹੀ ਲਿਆ ਪਹਿਲਾਂ ਤਵੀਆਂ ਪਾਈਆਂ ਸੀ ਕੱਲ੍ਹ ਅਤੇ ਕੱਲ੍ਹ ਵੀ ਥੋੜ੍ਹਾ ਜਿਹਾ ਜੈਨ ਪਾੜ ਗਿਆ ਸੀ ਟਰਬੋ ਅੱਧੇ ਹੀ ਕੰਮ ਕਰਦੀ ਸੀ ਅਤੇ ਅੱਜ ਉਹ ਜੈਨ ਕੱਢ ਕੇ ਡਾਇਰੈਕਟ ਲਾਇਆ ਸਿਸਟਮ ਅਤੇ ਹੁਣ ਅੱਗੇ ਅੱਗੇ ਦੇਖਿਓ ਕਿਆ ਬਣਦਾ ਦਵਿੰਦਰ ਦੇ ਪਿੰਡ ਤੋਂ ਬਾਹਰ ਹੀ ਗਏ ਸੀ ਅਤੇ ਬਾਈ ਕਹਿੰਦਾ ਫੋਟੋ ਕਰਨੀ ਆ ਬਾਈ ਦਵਿੰਦਰ ਦੇ ਪਿੰਡ ਤੋਂ ਕਹਿੰਦਾ ਫੋਲੋ ਕਰਿਆ ਬਹੁਤ ਬਹੁਤ ਧੰਨਵਾਦ ਵੀਰੇ ਅਜੇ ਪਿੰਡ ਤੋਂ ਬਾਹਰ ਹੀ ਨਿਕਲੇ ਸੀ ਦਵਿੰਦਰ ਦੇ ਆਪਣੇ ਭਰਾ ਮਿਲ ਗਿਆ ਆਪਣਾ ਲੈ ਵੀ ਮਿੱਤਰੋ ਜੱਸੀ ਕੋਲ ਆ ਗਏ ਸੀ ਅਤੇ ਜੂ ਪਹਿਲਾਂ ਨਾਲ ਤੋੜਤਾ ਅਤੇ ਹੁਣ ਹੈਪੀ ਹੋਰੀ ਦੁਬਾਰੇ ਲਾਉਣ ਲੱਗਿਆ ਜੂ ਹੁਣ ਕਿੰਨੇ ਕਿਲੋ ਵਾਲਾ ਲਾਉਣਾ ਹੈਪੀ 32 ਕਿਲੋ ਵਾਲਾ ਜੂ ਲਾਉਣਾ ਹੁਣ ਅਤੇ ਪਹਿਲਾਂ ਯਾਰ ਲਚਕ ਜੀ ਪੈ ਗਈ ਸੀ ਉਹਨੂੰ ਪਹਿਲਾਂ ਦੱਸਿਆ ਸੀ ਉਹਦੇ ਕਰਕੇ ਜੂ ਤਰੱਕ ਗਿਆ ਅਤੇ ਥੋੜ੍ਹਾ ਜਿਹਾ ਬਿੰਗਾ ਹੋ ਗਿਆ ਸੀ ਯਾਰ ਸੋਹਣਾ ਨਹੀਂ ਲੱਗ ਰਿਹਾ ਸੀ ਛਾਤਰੀ ਝੁੱਕ ਰਹੀ ਸੀ ਮੂਹਰੋਂ ਤਾਂ ਕਰਕੇ ਹੁਣ ਚੇਂਜ ਕਰਾ ਰਿਹਾ ਜੱਸੀ ਕੋਲ ਆ ਗਈ ਸੀ ਪਿੰਡ ਜਾਂਦੇ ਜਾਂਦੇ ਕਰਾਈ ਜਾਂਦੇ ਹਾਂ ਚੇਂਜ ਲੈ ਵੀ ਮਿੱਤਰੋ ਜੂ ਖੋਲਤਾ ਜੀ ਸਟੰਟ ਕਰਨੇ ਸੌਖੇ ਨਹੀਂ ਹੈਗੇ ਦੇਖ ਲਓ ਮਗਰਾਟ ਖਰਾਬ ਕਰਤੇ ਇਹ ਆ ਦੇਖੋ ਉਹ ਝੂਟਾ ਪੈਂਦਾ ਨਾ ਜੂ ਨੂੰ ਖਰਾਬ ਹੋ ਗਏ ਅਤੇ ਹੁਣ ਉਹ ਗਲੀਆਂ ਬੰਦ ਕਰਾ ਕੇ ਇਹਦੇ ਉੱਤੋਂ ਦੀ ਆਪਾਂ ਐਵੇਂ ਐਂ ਮੋਟੀ ਪੱਤੀ ਲਵਾਉਣੀ ਆ ਫਿਰ ਬਣੂੰਗਾ ਲਵਾ ਦਾ ਠੀਕ ਆ ਐਂ ਨਹੀਂ ਗੱਲ ਬਣਨੀ ਕਿਉਂ ਸਟੰਟ ਕਰਨੇ ਸੌਖੇ ਨੇ ਹੈਂ ਸਾਰੇ ਮਗਰਾਟ ਤੋੜਤੇ ਨਵੇਂ ਦੇਖ ਲਾ ਹੁਣ ਪੱਤੀ ਪੱਤੀ ਲਵਾਵਾਂਗੇ ਫਿਰ ਆਟਣਾ ਹੱਲਣੋ ਮੰਡ ਰਿਹਾ ਜੇ ਕੰਮ ਇਹਦੇ ਨੇ ਅਸੀਂ ਜਾਂਤੀ ਚੱਲਦੇ ਹਾਂ ਟਰੈਕਟਰ ਦੇਣਾ ਨਵਾਂ 855 ਡਿਲੀਵਰੀ ਕਰਾ ਕੇ ਆਉਂਦੇ ਹਾਂ ਹਾਂ ਸੀ ਆਰ ਡੀ ਹੈ ਚੱਲ ਮਿਲਦੇ ਹਾਂ ਜਾਂਤੀ ਚੱਲ ਕੇ ਮੁੰਡਿਓ ਮਿੱਤਰੋ ਜੂ ਤਾਂ ਹੋ ਗਿਆ ਤਿਆਰ ਅਤੇ ਵਿੱਚ ਦੀ ਉਹ ਹੋਰ ਟਰੈਕਟਰ ਆ ਗਈ ਸੀ ਇੱਕ ਉਹ ਜੌਂਡੀਅਰ ਉੱਧਰ ਨਵਾਂ ਲਿਆਏ ਨੇ ਬਾਈ ਉਹ 'ਤੇ ਛਤਰੀ ਲਾਉਣੀ ਆ ਅਤੇ ਹੋਲੈਂਡ ਆ ਗਿਆ ਅਤੇ ਆਪਣੇ ਨਾਲ ਕੰਮ ਇਹਨਾਂ ਨੂੰ ਥੋੜ੍ਹਾ ਵਿੱਚ ਰੋਕਤਾ ਸੀ ਟਾਈਮ ਲਾ ਦਾ
हैप्पी होरी मैंने तो रात में भेज देना फराख जो बंद करा के उत्तों की चादर लवा देनी है जी लेती फटी इधरों जाऊंडी यार तैयार करता तो मेरे वास्ते लेट करता काम इन्होंने यदि वजह ना लेट हो रहा मेरा काम हाँ यदि मेहरबानी है सारी चलो कोई नहीं ट्रैक्टर आ गए जी बेच दी यार उदा का काम करना लग गए तो अपने वाला काम थोड़ा लम्मा चौड़ा ज्यादा आता करके फिर इन्होंने कहते भी चल तू रोक जा वो ट्रैक्टर भेजने से वो ट्रैक्टर भेजन लग गया तो लगे आप भी जू ला अपने वाले वजन हो गया है वजन करने वास्ते तो खोलिया पहला वजन तो बधाने क्यों सी क्या वजन हो गया एदा मेरा काम लेट ना हो गया वो दो ट्रैक्टर होर आ गए वो तोर रहे हैं तो वो करके लेट हो गया सिस्टम अपना तो चलो कट कर दें फिर छादरी लाने डैक भी अजे धरना काम अपना भी खासा पे डैक खोलिया पहला लड़ो ना लवी मतरू लेट हो गए सारे ट्रैक्टर तोरते बज गए अठ हजे तो डेढ़ घंटा होर लगूगा है हो तेन तेरे घर आई डीक रही आ अजे डेक डुक करना रह गया मुंडे साढ़े अठ हो गए डेढ़ घंटा पक्का लगना है ना घंटा पक्का लवी मित्रों बाकी जला सुन साइन होगी मेरा काम चल रहा है जे वो भैया छतरी ला ही मैं कह जी महा डेढ़ घंटा लगूगा कहना ले जा हूँ लंघ गया कहना बस डेक रह गया कसना काम सारा हो गया लवी मित्रों काम गया निबड़ा छतरी ला ली डेक लवा लिया जू नवा लवाया से जू तड़क रहा पहला तो टाइम हो गया साढ़े नौ का तो बैठे जसी और किन्ने बजे बंद कर देने भाई दुकान किन्ने बजे सत्त बजे दुकान बंद कर देने अपने करके बैठे ने भरा तो कम अपना हो गया तो हूँ चले पिंड जसी एग्रो वर्कस समाने वाले अज तो लेट कराते है भी लेट कराते मेरे तो पहला देख ला तीन ट्रैक्टर भेजते थोने स्पैशल काम ही होंगे थोड़े जे स्पैशल काम करके ता करके टाइम लग गया अभी अज तो बजरे तंग होए तुसी भी ऑपरेशन बड़ा जी है ता ही फर्क पै गया पीजीआई च भेजा होया छोटे हस्पताल वाले ने जवाब दिता होया लै भी मित्रों 17 दिनों बाद ट्रैक्टर घरे आया तो अज काम इधर रूम भी अज खोलन लगी हाँ 17 दिनों बाद जिंदा भी खुला ही पिया मैं चाबी लेके आई थी मैं जिंदा लग्या होया जू मैं मित्रों अंदर ला दिए 17 दिन हो गए ट्रैक्टर गए नु बैनर आप करता थी चेंज नम लाता भी मित्रों मस्टैंग लाती अंदर तो हूँ मिलते हैं जल्दी ब्लॉगों अगलिया च तो हूँ यदि सर्विस करनी है क्योंकि पंप डीजल पंप खोलते रहे ना तो इंजन ऑयल जोड़ा घट गया तो हूँ तेल तूल लैके यदि सर्विस करा तो मिलते हैं अगले ब्लॉगों जिन्होंने ब्लॉग पूरे देखे ने धन्यवाद जो पहली बार देख रहे हैं चैनल कर लो सबसक्राइब ओके बाय।